ਸਤਿ ਸ਼੍ਰੀ ਅਕਾਲ ਜੀ ਦੋਸਤੋ, ਅੱਜ ਫਿਰ ਤੁਹਾਡੇ ਲਈ ਆਪਣੇ ਚੈਨਲ ਪੇਂਡੂ ਜ਼ਿਮੀਦਾਰ ਬੰਨਿਓ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਇਹ ਵੀਡੀਓ ਪਰਮ ਗਿੱਲ ਸਟੱਡ ਫਾਰਮ ਦੀ ਆ, ਜਿਹੜਾ ਬਰਨਾਲੇ ਜ਼ਿਲ੍ਹੇ ਦੇ ਪਿੰਡ ਛੀਨੀ ਵਾਲ ਕਲਾਂ ਵਿਖੇ ਆ। ਇਸ ਫਾਰਮ ਦੇ ਓਨਰ ਨੇ ਬਾਈ ਪਰਮ ਗਿੱਲ ਅਤੇ ਮਨੂ ਸ਼ਰਮਾ। ਇਸ ਫਾਰਮ ਦੀ ਖਾਸੀਅਤ ਇਹ ਆ ਕਿ ਇੱਥੇ ਬਹੁਤ ਸਾਰੇ ਫਿਲਮੀ ਐਕਟਰ ਆ ਚੁੱਕੇ ਆ, ਜਿਹੜੇ ਕਿ ਆਮ ਤੌਰ 'ਤੇ ਘੋੜਿਆਂ ਦਾ ਸ਼ੌਂਕ ਰੱਖਦੇ ਨੇ। ਬਾਈ ਹੋਰਾਂ ਨੇ ਫਾਰਮ ਬਹੁਤ ਸੋਹਣਾ ਤਿਆਰ ਕੀਤਾ ਹੋਇਆ, ਜਿੱਥੇ ਆਉਣ ਵਾਲੇ ਬੰਦੇ ਨੂੰ ਨਾ ਫਾਰਮ ਦੇਖ ਕੇ ਸਕੂਨ ਮਿਲਦਾ, ਮਤਲਬ ਯਾਰ ਪੂਰਾ ਜੀ ਲੱਗਦਾ ਇੱਥੇ ਪਹੁੰਚ ਕੇ ਬੰਦੇ ਦਾ। ਬਾਈ ਪਰਮ ਗਿੱਲ ਜੀ ਲੰਮੇ ਸਮੇਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਨੇ, ਜਿਸ ਕਰਕੇ ਉਹਨਾਂ ਨੂੰ ਘੋੜਿਆਂ ਬਾਰੇ ਕਾਫੀ ਤਜਰਬਾ ਹੋ ਚੁੱਕਿਆ। ਦੂਜੇ ਪਾਸੇ ਵੀਰ ਮਨੂ ਸ਼ਰਮਾ ਨੂੰ ਤਾਂ ਹਰ ਘੋੜਾ ਪ੍ਰੇਮੀ ਚੰਗੀ ਤਰ੍ਹਾਂ ਜਾਣਦਾ ਦੋਸਤੋ, ਕਿਉਂਕਿ ਉਹਨਾਂ ਨੇ ਲਗਭਗ ਸਾਰੇ ਇੰਡੀਆ ਵਿੱਚ ਘੋੜਿਆਂ ਦੀ ਫੋਟੋਗ੍ਰਾਫੀ ਕਰਕੇ ਆਪਣਾ ਨਾਮ ਬਣਾਇਆ, ਜਿਸ ਕਰਕੇ ਜਿਹੜੀ ਹੁਣ ਦੀ ਨਵੀਂ ਪੀੜ੍ਹੀ ਆ ਉਹ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਦੇਖ ਕੇ ਘੋੜੇ ਘੋੜੀਆਂ ਰੱਖਣ ਲਈ ਬਹੁਤ ਉਤਸ਼ਾਹਿਤ ਹੋ ਰਹੀ ਆ। ਇਹ ਵੀ ਕਹਿ ਸਕਦੇ ਹਾਂ ਕਿ ਸ਼ਰਮਾ ਜੀ ਦੀ ਫੈਨ ਫੋਲੋਇੰਗ ਬਹੁਤ ਆ। ਇਸ ਟਾਈਮ 'ਤੇ ਬਾਈ ਹੋਰਾਂ ਦੇ ਫਾਰਮ 'ਤੇ ਜਿੰਨੇ ਵੀ ਘੋੜੇ ਘੋੜੀਆਂ ਰੱਖੇ ਹੋਏ ਨੇ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਦਿਖਾਵਾਂਗੇ ਆਪਾਂ। ਇਹ ਆ ਜੀ ਮਾਰਵਾੜੀ ਘੋੜਾ ਗ੍ਰੇਟ ਗੈਂਬਲਰ। ਗੈਂਬਲਰ ਦਾ ਕੱਦ 66 ਇੰਚ ਅਤੇ ਉਮਰ ਇਹਦੀ ਤਕਰੀਬਨ 11 ਸਾਲ ਹੋ ਚੁੱਕੀ ਆ। ਆਲੀਸ਼ਾਨ ਘੋੜੇ ਦਾ ਪੁੱਤ ਆ ਇਹ, ਜਾਂ ਇਹ ਕਹਿ ਲਵੋ ਵੀ ਕਾਲੇ ਕਾਂਟੇ ਦਾ ਭਰਾ। ਇਹ ਘੋੜੇ ਦੇ ਰਿਜ਼ਲਟ ਬਹੁਤ ਚੰਗੇ ਆਏ ਹੋਏ ਨੇ। ਖਾਸੀਅਤ ਇਹਦੀ ਇਹ ਆ ਵੀ ਇਹਦੇ ਬੱਚੇ ਮਿਲਦੇ ਬਹੁਤ ਘੱਟ ਨੇ, ਕਿਉਂਕਿ ਚੰਗੇ ਹੋਣ ਕਰਕੇ ਸੇਲ ਨਹੀਂ ਕਰਦਾ ਅਗਲਾ। ਕੱਦ ਤੋਂ ਇਲਾਵਾ ਘੋੜੇ ਦੀ ਲੈਂਥ ਵੀ ਬਹੁਤ ਆ ਅਤੇ ਮਾਰਕਿੰਗ ਪੱਖੋਂ ਵੀ ਕੋਈ ਕਮੀ ਨਹੀਂ ਇਹਦੇ 'ਚ। ਬਾਲਾ ਵੀਡੀਓ
ਆਹ ਕਾਲੇ ਰੰਗ ਦੀ ਮਾਰਵਾੜੀ ਬਛੇਰੀ ਕਾਲੇ ਘੰਟੇ ਦੀ ਧੀ ਹੈ ਇਹ। ਇਹਦੀ ਉਮਰ 2 ਦੰਦ ਅਤੇ ਕੱਦ 62.5 ਇੰਚ ਆ ਜੀ ਇਹਦਾ। ਇਹਦੀ ਮਾਂ 63 ਇੰਚ ਦੀ ਮਾਰਵਾੜੀ ਘੋੜੀ ਸੀ। ਇਹਦਾ ਨਾਂ ਬਲੈਕ ਕੁਵੀਨ ਅਤੇ ਇਹ ਬਛੇਰੀ ਕੰਨਾਂ ਦੀ ਬਹੁਤ ਜ਼ਿਆਦਾ ਸ਼ੌਕੀਨ। ਮੈਨੂੰ ਖੁਦ ਨੂੰ ਫਾਰਮ ਦਾ ਸਭ ਤੋਂ ਸੋਹਣਾ ਜਾਨਵਰ ਆਹ ਬਛੇਰਾ ਲੱਗਿਆ। ਇਹ ਵੀ ਕਾਲੇ ਕਾਂਟੇ ਦਾ ਪੁੱਤ ਆ ਜੀ। ਇਹਦੀ ਉਮਰ 14 ਮਹੀਨੇ ਅਤੇ ਕੱਦ 62 ਇੰਚ ਕਰ ਗਿਆ ਇਹ। ਇਹ ਬਛੇਰੇ ਦੀ ਖਾਸੀਅਤ ਇਹ ਆ ਵੀ ਇਹਦੇ 'ਚ ਐਟੀਟਿਊਡ ਬਹੁਤ ਜ਼ਿਆਦਾ ਆ, ਸ਼ਕੀਨੀ ਉਸ ਤੋਂ ਵੀ ਜ਼ਿਆਦਾ ਆ। ਆਉਣ ਵਾਲੇ ਸਮੇਂ 'ਚ ਇਹਨੇ ਚੰਗਾ ਤਿਆਰ ਹੋਣਾ ਬਛੇਰੇ ਨੇ। ਇਸ ਬਛੇਰੇ ਦਾ ਨਾਂ ਰੱਖਿਆ ਹੋਇਆ ਇੰਡੀਆ। ਹੁਣ ਤੁਸੀਂ ਇਹ ਭੁਲੇਖਾ ਨਾ ਖਾ ਜਿਓ ਦੋਸਤੋ ਵੀ ਇਹ ਉਹੀ ਬਛੇਰਾ ਗਾ। ਇਹ ਉਹ ਬਛੇਰਾ ਨਹੀਂ, 5 ਕਲਿਆਣ ਬਛੇਰੀ ਆ ਇਹ। ਇਸ ਬਛੇਰੀ ਦੀ ਜਿਹੜੀ ਲਾਈਨ ਆ, ਇਹਦੀ ਮਾਂ ਡਾਇਰੈਕਟ ਅਲੀਸ਼ਾਨ ਘੋੜੇ ਦੀ ਧੀ ਆ ਅਤੇ ਖੁਦ ਇਹ ਬਣਰਾਜ ਘੋੜੇ ਦੀ ਪੋਤੀ ਆ। ਬਣਰਾਜ ਉਹ ਘੋੜਾ ਜਿਹੜਾ ਗੁਜਰਾਤ ਵਿੱਚ ਬਹੁਤ ਫੇਮਸ ਹੋਇਆ। ਉਸ ਦੀ ਖਾਸੀਅਤ ਬਣਰਾਜ ਦੀ ਸਭ ਤੋਂ ਜ਼ਿਆਦਾ ਇਹ ਸੀ ਵੀ ਹੁਣ ਤੱਕ ਜਿੰਨੇ ਵੀ ਮਾਰਵਾੜੀ ਘੋੜੇ ਹੋਏ ਆ ਉਹਨਾਂ ਵਿੱਚੋਂ ਬਣਰਾਜ ਦੀ ਗਰਦਨ ਸਭ ਤੋਂ ਲੰਮੀ ਸੀ। ਇਸ ਬਛੇਰੀ ਦਾ ਪਿਓ ਅਲੀਬਾਬਾ ਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਘੋੜਾ। ਹੁਣ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਜੈੱਡ ਬਲੈਕ ਮਾਰਵਾੜੀ ਘੋੜੀ ਬਾਰੇ। ਇਸ ਦੀ ਉਮਰ ਤਕਰੀਬਨ 3 ਸਾਲ ਅਤੇ ਕੱਦ 64.5 ਇੰਚ ਆ ਇਹਦਾ। ਇਸ ਘੋੜੀ ਦਾ ਨਾਂ ਹੈਗਾ ਜੀ ਤੋਪ। ਇਹ ਮਜੂਕੇ ਲੈਣ ਵਾਲੇ ਘੋੜੇ ਫੌਜੀ ਦੀ ਧੀ ਆ। ਤੁਸੀਂ ਕੁਦਰਤੀ ਗੱਲ ਦੇਖੋ, ਇਹਦੀ ਮਾਂ ਵੀ ਨੀਲੇ ਰੰਗ ਦੀ ਆ ਅਤੇ ਘੋੜਾ ਪਿਓ ਵੀ ਇਹਦਾ ਨੀਲੇ ਰੰਗ ਦਾ, ਪਰ ਆਪ ਇਹਦਾ ਰੰਗ ਜੈੱਡ ਬਲੈਕ ਆ। ਇੱਕ ਵੀ ਵਾਲ ਇਹਦੇ ਪਿੰਡੇ 'ਤੇ ਚਿੱਟੇ ਰੰਗ ਦਾ ਨਹੀਂ ਹੈਗਾ।
ਇਸ ਸਟੱਡ ਫਾਰਮ 'ਤੇ ਪਹਿਲਾਂ ਇੱਕ ਬਹੁਤ ਚੰਗਾ ਮਾਰਵਾੜੀ ਘੋੜਾ ਹੁੰਦਾ ਸੀ ਜਿਹਦਾ ਨਾਂ ਸੀ ਅਵਤਾਰ। ਇਹ ਘੋੜੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਅਵਤਾਰ ਦੀ ਭੈਣ ਆ। ਇਸ ਘੋੜੀ 'ਤੇ ਅਵਤਾਰ ਘੋੜੇ ਦਾ ਪਿਓ ਆ ਜਿਹੜਾ ਉਹ ਕਰਾਮਾਤੀ ਨਾਂ ਦਾ ਇੱਕ ਬਹੁਤ ਮਸ਼ਹੂਰ ਘੋੜਾ ਹੋਇਆ। ਇਹ ਘੋੜੀ ਦੀ ਮਾਂ ਮਜੂਕੇ ਲੈਣ ਵਾਲੇ ਐਡਮ ਦੀ ਧੀ ਸੀ। ਆਹ ਬਛੇਰੀ ਇਸੇ ਨੀਲੀ ਘੋੜੀ ਦੀ ਹੋਈ ਆ ਅਤੇ ਇਸ ਬਛੇਰੀ ਦਾ ਪਿਓ ਹੈਗਾ ਸ਼ਕਤੀ ਘੋੜਾ।